ਅੰਮ੍ਰਿਤਸਰ ਥਾਣਾ ਛਿਆਟਾ ਨੂੰ ਮਿਲੀ ਵੱਡੀ ਸਫਲਤਾ। 9 ਮੋਟਰਸਾਈਕਲ ਸਣੇ 2 ਚੋਰ ਕੀਤੇ ਕਾਬੂ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਵਹੀਕਲ ਚੋਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਛਿਆਟਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਮੁਖਬਰ ਜਦੋਂ ਦੀ ਸੂਚਨਾ ਆਧਾਰ 'ਤੇ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ ਰੋਕ ਕੇ ਮੋਟਰਸਾਈਕਲਾਂ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ ਅਤੇ ਜਿਸ ਦੇ ਚੱਲਦੇ ਉਹਨਾਂ ਕੋਲ ਕਾਗਜ਼ਾਤ ਬਰਾਮਦ ਨਹੀਂ ਹੋਏ ਅਤੇ ਨਾ ਹੀ ਉਹ ਕਾਗਜ਼ ਦਿਖਾ ਸਕੇ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦੇ ਹਨ। ਪੁਲਿਸ ਅਧਿਕਾਰੀ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਕੋਲੋਂ 8 ਮੋਟਰਸਾਈਕਲ ਹੋਰ ਵੀ ਚੋਰੀ ਦੇ ਬਰਾਮਦ ਹੋਏ ਅਤੇ ਉਹਨਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਸਸਤੇ ਰੇਟ 'ਤੇ ਵੇਚਦੇ ਹਨ। ਪੁਲਿਸ ਨੇ ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੱਤਰਕਾਰ ਗੁਰਪ੍ਰੀਤ ਕੌਰ ਦੀ ਵਿਸ਼ੇਸ਼ ਰਿਪੋਰਟ। ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼੍ਰੀ ਅਰੁਣਪਾਲ ਸਿੰਘ IPS ਜੀ ਵੱਲੋਂ ਦਿੱਤੀਆਂ ਸਖ਼ਤ ਹਦਾਇਤਾਂ ਅਤੇ ਸਪੈਸ਼ਲ ਜਿਹੜੀ ਡਿਊਟੀ ਚੱਲ ਰਹੀ ਆ ਘੱਲੂਘਾਰਾ ਉਹਦੇ ਸਬੰਧ 'ਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਅਤੇ ਮੇਰੇ ਚੌਂਕੀ ਇੰਚਾਰਜ ਖੰਡਵਾਲਾ ASI ਹਰਜਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਦੋਸ਼ੀ ਆਕਾਸ਼ਦੀਪ ਸਿੰਘ ਅਤੇ ਬਲਜੀਤ ਸਿੰਘ ਦੋਨਾਂ ਨੂੰ ਕਾਬੂ ਕੀਤਾ ਔਰ ਕਾਬੂ ਕਰਕੇ ਮੁਕਦਮਾ ਨੰਬਰ 121 ਅਧੀਨ ਧਾਰਾ 379-411 IPC ਥਾਣਾ ਛਿਆਟਾ ਦਰਜ ਕੀਤਾ। ਮੁਕਦਮਾ ਦਰਜ ਕਰਨ ਤੋਂ ਬਾਅਦ ਤਫਤੀਸ਼ ਕੀਤੀ ਗਈ ਅਤੇ ਤਫਤੀਸ਼ ਦੌਰਾਨ ਦੋਸ਼ੀਆਂ ਕੋਲੋਂ 8 ਮੋਟਰਸਾਈਕਲ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸੀਗੇ ਜੀ ਔਰ ਇਹ ਮੁਕਦਮਾ ਦਰਜ ਕਰਕੇ ਅਸੀਂ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਰਹੇ ਹਾਂ ਔਰ ਸਾਨੂੰ ਆਸ ਹੈ ਕਿ ਅਜੇ ਹੋਰ ਰਿਕਵਰੀ ਹੋਵੇਗੀ। ਨਸ਼ੇ ਤੇ ਅੱਧੀ ਗਈ ਸਰ ਇਹ ਮੋਟਰਸਾਈਕਲ ਚੋਰੀ ਕਰਕੇ 5,000-7,000 ਦਾ ਗਾਂ ਵੇਚ ਦਿੰਦੇ ਸੀਗੇ ਜਾਂ ਵੇਚਣ ਦੀ ਕੋਸ਼ਿਸ਼ ਕਰਦੇ ਸੀਗੇ। ਅਜੇ ਨਸ਼ੇ ਬਾਰੇ ਅਜੇ ਗੱਲ ਸਾਹਮਣੇ ਨਹੀਂ ਆਈ ਅਜੇ ਸਾਡੇ ਕੋਲ ਅਸੀਂ ਰਿਮਾਂਡ 'ਤੇ ਲੈ ਰਹੇ ਹਾਂ। ਪਰਚੇ ਦਰਜ ਜੀ ਇਹਨਾਂ ਦੇ ਨਹੀਂ ਫਿਲਹਾਲ ਇਹੀ ਅਜੇ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ। ਪਹਿਲਾਂ ਇਹਨਾਂ ਦਾ ਪੁਰਾਣਾ ਰਿਕਾਰਡ ਸਾਡੇ ਕੋਲ ਅਜੇ ਕੋਈ ਨਹੀਂ ਆਇਆ ਅਜੇ ਚੈੱਕ ਕਰਾਂਗੇ ਅਸੀਂ ਇਹ ਤੋਂ ਕਲੀਅਰ ਹੋ ਜਾਵੇਗਾ ਜੀ। ਥੈਂਕ ਯੂ ਜੀ।